ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋਂ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਭਾਅ ਜੀ ਕੋਲ ਆਪਾਂ ਆਏ ਹਾਂ। ਅਤੇ ਅੱਜ ਤੁਹਾਨੂੰ ਟੋਟਲ 3 ਮੱਝਾਂ ਅਤੇ 1 ਗਾਂ ਤੁਹਾਨੂੰ ਦਿਖਾਵਾਂਗੇ, ਅਤੇ ਜਿਨ੍ਹਾਂ ਦੇ ਵਿੱਚ 2 ਮੱਝਾਂ ਸੂਈਆਂ ਅਤੇ 1 ਗੱਭਣੀਆਂ। ਤਾਜ਼ੀਆਂ ਸੂਈਆਂ ਮੱਝਾਂ ਵਾ, 1 ਬੂਰੀ ਆ, ਇੱਕ ਨੀਲੀ ਦੀ ਆ ਅਤੇ 1 ਕਾਲੀ ਮੱਝ ਆ, ਅਤੇ 1 ਜਿਹੜੀ ਆਪਦੀ ਗਾਂ ਚੰਗੇ ਕੱਦ ਕਾਠ ਵਾਲੀ ਭਾਰੇ ਪੱਲੇ ਦੀ ਗਾਂ ਵਾ ਜਿਹੜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਜੀ? ਵਧੀਆ ਵਧੀਆ, ਤੁਸੀਂ ਦੱਸੋ? ਹਾਂ ਠੀਕ ਠਾਕ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਇਹ ਚਾਹੀਦਾ ਭਾਅ ਜੀ, ਅਤੇ ਨਾਮ ਦੱਸ ਦੇ ਕਰੀ। ਨਾਮ ਮੇਰਾ ਬਗੀਚਾ ਸਿੰਘ ਜੀ। ਹਾਂਜੀ, ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਜੀ। ਅਤੇ ਫੋਨ ਨੰਬਰ ਬੋਲਦੇ ਹੋ? ਫੋਨ ਨੰਬਰ ਹੈਗਾ ਜੀ 9592271943। ਠੀਕ ਹੈ ਜੀ। ਮਨਜੋਤ ਵੀ ਆ ਗਿਆ ਜੀ ਭਾਅ ਜੀ। ਮਨਜੋਤ ਮਨਜੋਤ ਕੀ ਹਾਲ ਚਾਲ ਤੇਰੇ, ਬੜੇ ਦਿਨਾਂ ਬਾਅਦ ਵਿਖਿਆ ਵਾ। ਅੱਜ ਫਿਰ ਰੱਖੜੀ ਦੀ ਛੁੱਟੀ ਆ? ਹਾਂਜੀ ਰੱਖੜੀ ਛੁੱਟੀ ਆ। ਠੀਕ ਆ, ਤਾਂ ਹੀ ਅੱਜ ਫਿਰ ਵਿਖਿਆ, ਨਹੀਂ ਤਾਂ ਮਨਜੋਤ ਦੇ ਦਰਸ਼ਨ ਹੀ ਨਹੀਂ ਹੁੰਦੇ ਹੁਣ ਤੇ। ਮਨਜੋਤ ਠੀਕ ਆ? ਅੱਜ ਰੇਟ ਜਾਇਜ਼ ਹੀ ਆ? ਫਿਰ ਜਾਇਜ਼ ਹੀ ਆ, ਆਵਾਜ਼ ਹੀ ਬੜੀ ਬੈਠੀ ਤੇਰੀ। ਠੀਕ ਆ, ਚਲੋ ਫਿਰ ਕਰੀਏ ਫਿਰ ਸ਼ੁਰੂ। ਹੋਣਾ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਆਪਾਂ ਕਰਨੀ ਆ। ਕਿੰਨਵਾ ਸੂਆ ਸੋਨਾ ਵਿਧੀ ਨੇ? ਇਹ ਪੀਪਾ ਜੀ ਐਵੇਂ ਕਹਿਣ ਨੂੰ ਦੂਜਾ ਕਹਿ ਰਹੀ ਆ, ਸੂਆ ਤੀਸਰੇ ਸੁਣ ਲਿਆ। ਠੀਕ ਆ, ਹਾਂਜੀ। ਤੇ ਕਿੰਨੇ ਕੁ ਦੁੱਧ ਵਾਲੀ ਆ? ਦੁੱਧ ਭਾਜੀ 20 ਤੋਂ ਪਲੱਸ ਵਾਲੀ ਹੈ। ਅੱਛਾ, 20 ਤੋਂ ਪਲੱਸ ਹੀ ਦੇਈ ਜਾਊਗੀ। ਤੋਰਦੀ ਆ ਵਿਧੀ? ਫਿਰ ਇਹਨੇ ਕਰੀ ਭਾਜੀ, ਤੋਰ ਦਿੰਦੇ ਕੋਈ ਗੱਲ ਨਹੀਂ, ਉਹਦਾ ਥੋੜਾ ਨਾ ਝੱਬੂ ਤੋਂ ਕਰਦੀ ਆ। ਅੱਛਾ, ਜਿੱਦਾਂ ਡਰਦੀ ਆ। ਠੀਕ ਆ, ਹਾਂਜੀ ਮੈਂ ਤੋਰ ਦਿੰਦਾ। ਤੋਰ ਗਈ, ਤੋਰਨ ਦੀ ਕੋਸ਼ਿਸ਼ ਕਰਦੇ ਆ ਫਿਰ ਵੀ। ਹਾਂਜੀ ਝੱਬੂ ਦਾ ਜਿਹੜਾ ਕਰਦੀ ਆ, ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਆਪਾਂ ਨੇ ਦੱਸਿਆ ਨੇ। ਬਾਕੀ ਇਹ ਵੀ ਥੱਲਿਓ ਚੰਗੀ ਭਰਨੀ ਆ, ਰੰਗ ਰੂਪ ਦੀ ਵੀ ਸੋਹਣੀ ਆ, ਤੇ ਕੱਦ ਕਾਠ ਵੀ ਚੰਗਾ, ਭਾਰੇ ਪੱਲੇ ਦੀ ਗਾਂ ਵਾ ਜਿਹੜੀ ਥੱਲਿਓ ਚੰਗੀ ਭਰਨ ਦੀ ਆ। ਜਿਹੜੇ ਤੋਹਫੇ ਜੀ ਵਾਲੀ ਗੱਲ ਹੀ ਹੋ ਜੇ, ਨੀਰਾ ਕਹਿਣ ਦਾ ਨਾ ਹੋਵੇ, ਅਸਲੀ ਜੇ ਗੱਲ ਹੋਵੇ ਕੋਈ ਤੋਹਫੇ ਵਾਲੀ। ਇਹ ਫਿਰ ਜਾਇਜ਼ ਹੀ ਕਰੀਏ ਭਾਈ? ਜਾਇਜ਼ ਜੀ। 50,000 ਜੀ? 50,000? ਹਾਂਜੀ। 50,000 ਨਹੀਂ ਜਾਇਜ਼, ਫਿਰ 50,000 ਤੇ ਨਾਰਮਲ ਰੇਟ ਹੋ ਗਿਆ ਨਾ ਫਿਰ, ਚਲੋ ਜਿਹੜਾ ਆਮ ਚੱਲਦਾ ਵਾ। ਤੇ ਉੱਚੇ ਤੋਂ ਨੀ ਥੋੜਾ ਜਿਹਾ ਵਿੱਚ ਜੇ ਸੈਂਟਰ ਜੇ ਦਾ, ਤੇ ਜਾਇਜ਼ ਬਿਲਕੁਲ ਕਰੀਏ ਭਾਜੀ। ਫਿਰ ਮੈਂ ਲਾਸਟ ਹੀ ਦੱਸਾਂ, 45,000 ਦੇ ਦਾਂ। 45,000? ਹਾਂਜੀ, ਐਂ ਕਰਾ ਲਈ ਕੋ ਮਾਨ ਤਾਂ? ਨਹੀਂ, ਜਿੰਨਾ ਜੀ ਕਰਦਾ ਕਰਾ ਲਓ। ਖੁੱਲਾ ਕਰਾ ਲਈਏ ਫਿਰ? ਖੁੱਲਾ ਹੀ ਕਰਾ ਲਓ, ਹੋਣਾ ਨਹੀਂ ਤੁਹਾਡੇ ਤੋਂ ਨਾ ਫਿਰ। ਨਹੀਂ ਭਾਜੀ ਮੈਂ ਤੁਹਾਡੀ ਅੱਖ ਨਹੀਂ ਮੋੜੂਗਾ। ਅੱਛਾ, ਤੁਸੀਂ ਫ੍ਰੀ ਵੀ ਕਹਿ ਦੋਗੇ ਤਾਂ ਵੀ ਦੇ ਦੂੰਗਾ। ਠੀਕ ਆ, ਤੇ 35,000 ਦੀ ਦੇ ਦਈਏ ਫਿਰ। 35 ਦੀ? ਹਾਂਜੀ ਭਾਜੀ, ਮਿਲਦੀ ਨਹੀਂ ਬਾਹਰੋਂ ਕਦੀ ਕਾ। ਠੀਕ ਆ, ਕੋਈ ਮਨਜੋਤ ਤੋਂ ਵੀ ਕਰਾ ਲਈਏ ਮਾਨ ਤਾਂ? 10 ਕਰਨਾ ਕੋਈ ਮਨਜਾਤ ਮਾਨ? 33,000? ਨਹੀਂ ਹੁਣ 32 ਦੀ ਕਹਿ ਦਾਂ ਫਿਰ, ਬਹੁਤੀ ਡਾਊਨ ਕਰਤੀ ਹੋਈ ਕਹਿ ਦਾਂ 32 ਦੀ। ਹੁਣ ਮੈਂ ਛੋੜ ਨਹੀਂ ਜੇ ਕਰਨਾ। ਅੱਛਾ, 100 ਰੁਪਏ ਛੋੜ ਹੀ ਕਰਨਾ। ਠੀਕ ਆ, ਠੀਕ ਆ ਕਿ ਨਹੀਂ? ਅੱਜ ਮਨਜੋਤ ਨੇ 32 ਦੀ ਕਹਿ ਤਾਂ, ਹੁਣ 32 ਦੀ ਜਾਣ ਦੀ ਹੈ। ਕਹਿ ਤਾਂ ਬਾਕੀ ਦੀ ਆਖੀ ਨਹੀਂ ਆਪਾਂ ਮੋੜਨੀ। ਅੱਛਾ, ਬਾਕੀ ਹੁਣ ਇਹ ਚੋਂ ਭਾਈ ਕੋਈ ਵੀਰ ਭਰਾ ਫੋਨ ਇਹੋ ਲਾਵੇ ਤੇ ਸਾਨੂੰ 32,000 ਰੁਪਈਆ ਹੀ ਪਾਵੇ। ਅੱਛਾ, ਆ ਠੀਕ ਆ ਕਿ ਨਹੀਂ? ਠੀਕ ਆ, ਇਹ ਨਾ ਕੋਈ ਵੀਰ ਕਵੇ ਵੀ ਪਤਾ ਨਹੀਂ ਹੋਰ ਇਹਨਾਂ ਕਰਨੇ ਆ। ਅੱਛਾ, ਹੁਣ ਤੁਹਾਡਾ ਮੈਂ ਆਖਾਂ ਨਹੀਂ ਮੋੜਿਆ ਦਾ। ਠੀਕ ਆ, ਉਹਦਾ ਗਾਂ ਮੈਂ 35 ਤੋਂ ਬਾਹਰ ਹੀ ਵੇਚਣੀ। ਚਲੋ ਧੰਨਵਾਦ ਤੁਹਾਡਾ ਫਿਰ, ਤੇ ਬਾਕੀ ਆਹ ਦੇ ਸਕਦੇ 32,000 ਦੀ ਵੀਰ ਜੀ ਨੂੰ ਕਹਿੰਦੇ ਕਿ ਦੇ ਦਿਆਂਗੇ।
ਤੇ ਬਾਕੀ ਕੱਦ ਕਾਠ ਚੰਗਾ ਵਾ ਭਾਰੇ ਪੱਲੇ ਦੀ ਥੱਲਿਓ ਭਰਨੀ ਆ ਪੂਰੀ ਜਿਹੜੀ ਤੇ ਹੁਣ ਆ ਪੂਰੀ ਮੱਝ ਜਿਹੜੀ ਸੂਈ ਸਵਾਈ ਆ ਇਹ ਚੌਥੇ ਪੰਜਵੇਂ ਦਿਨ ਦੀ ਸੂਈ ਆ ਭਾਈ ਠੀਕ ਹੈ ਜੀ ਤੇ ਕਿੰਨਾ ਜਿਹਦੇ ਕੋਲ ਦੁੱਧ ਤਿਆਰ 8-9 ਕਿਲੋ ਹੋਊਗਾ ਤਿਆਰ ਜਿਹੜਾ ਤਿਆਰ ਬਿਲਕੁਲ 8 ਤੋਂ ਪਲੱਸ ਹੋ ਤੁਸੀਂ 8 ਹੀ ਲਾ ਲਓ ਠੀਕ ਹੈ ਹਾਂਜੀ ਕਿੰਨਾ ਕਿ ਦੁੱਧ ਚ ਪਾਈ ਜਾਊਗੀ 10 ਤੋਂ ਪਲੱਸ ਹੀ ਪਾਈ ਜਾਊ ਤੋਰੋ ਫਿਰ ਇਹਨੂੰ ਵੀ ਇੱਕ ਨੇ ਤੇ ਥਾਣੇ ਦੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਚੋਣ ਚੁਆ ਦੀ ਬੜੀ ਜ਼ਿਆਦਾ ਚੰਗੀ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕੁ ਰੱਖੀਏ 70,000 ਕਰਨਾ ਕੋਈ ਮਾਨ 70 ਚ ਕਿੰਨੇ ਦੀ 66,000 ਦੀ ਠੀਕ ਹੈ ਫਿਰ ਜੀ 65 ਦੀ ਕਰਦੀ ਹੈ ਨਹੀਂ ਤੇ ਕਿੰਨੇ ਦੁੱਧ ਵਾਲੀ ਠੀਕ ਹੈ ਜੀ ਹਾਂਜੀ ਛੋਟ ਵਾਲੀ ਗੱਲ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਮੱਝ ਆ ਨੀਲੀ ਦੀ 14-15 ਕਿਲੋ ਵਾਲੀ ਮੈਂ ਭਾਰੇ ਪੱਲੇ ਦੀ ਮੱਝ ਆ ਜਿਹੜੀ ਤੋਰੋ ਫਿਰ ਇਹਨਾਂ ਵੀ ਇਹ ਵੀ ਅਜੇ ਹਫਤੇ ਦੇ ਲੱਗ ਗਏ ਬੰਨੇ ਟਾਈਮ ਇਹਨੇ ਵੀ ਲਾਏ ਜਾਣਾ ਠੀਕ ਹੈ ਹਾਂਜੀ ਆ ਜਿਹੜੀ 26 ਤਰੀਕ ਆ ਨਾ ਹਾਂਜੀ ਇਹਦੇ ਹੁੰਦੇ ਜੇ 10 ਮਹੀਨੇ ਉਤਰ ਗਏ ਠੀਕ ਹੈ ਉੱਤੇ ਵੀ ਇਹ ਦੇ ਖੜਦੀ ਹੈ ਚਲੋ 12-13 ਦਿਨਾਂ ਕੇ ਪਰ ਮੈਂ ਬੜੀ ਕਰਤੂਗਾ ਵੀ ਨੀਲੀ ਦਾ ਵੀ ਮੈਂ ਆ ਠੀਕ ਹੈ ਹਾਂਜੀ ਬਾਕੀ ਚੱਡਾਂ ਦੇ ਬਲੈਤਨ ਗਾਮ ਨਹੀਂ ਹੁੰਦਾ ਬਣਾਉਂਦੀ ਜਿੱਦਾਂ ਇਹ ਬਣਾਉਂਦੀ ਚੰਗੀ ਭਰਨੀ ਹੈ ਵੀ ਥੱਲੇ ਬਹੁਤ ਚੰਗੀ ਭਾਜੀ ਝੋਟੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 80,000 80,000 ਤੇ ਵਿੱਚੋਂ ਕਰਨਾ ਕੋਈ ਮਾਨ ਤਨ 77,000 ਦੀ ਜਸ ਨੂੰ ਹੀ 70 ਕਰ ਦੋ ਆ ਪੂਰੇ 75 ਦੀ ਦੇ ਦੇ ਆਏ ਚ ਬਾ ਛੋਟ ਹੀ ਕਰੀ ਹੈ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਵੀ ਅੱਜ ਹੀ ਆ ਮੌਕਾ ਦੇ ਸਾਹਮਣੇ ਅੱਜ ਬਸ ਇਹੋ 2 ਦਿਨ ਘੰਟੇ ਜੀ ਅੱਛਾ ਕਿਉਂਕਿ ਰੱਖੜ ਪੁੰਨਿਆ ਨਾ ਅੱਛਾ 4-5 ਵਜੇ ਤੱਕ ਹੀ ਬਸ ਅੱਛਾ ਬਾਅਦ ਚ ਰੇਟ ਵੱਜਣੇ ਨਾ ਬਾਅਦ ਚ ਫਿਰ ਹਨੇਰਾ ਹੋ ਜਾਣਾ ਤੇ ਖਤਮ ਹੋ ਜਾਣਾ ਹਨੇਰਾ ਹੋ ਜਾਣਾ ਉਤਰ ਨਹੀਂ ਜਾਣਾ ਠੀਕ ਆ ਹਾਂਜੀ ਠੀਕ ਆ ਤੇ ਹੁਣ ਕਿਵੇਂ ਕੋ ਭਾਈ ਹਰਿਆਣੇ ਦੀ ਜੀ ਛੋਟੀ ਚੰਗੇ ਕੱਦ ਕਾਠ ਦੀ ਝੋਟੀ ਆ ਜਿਹੜੀ ਆ ਵਾਲੀ ਹਾਂਜੀ ਤੇ ਆ ਥੱਲੇ ਵੀ ਖਾਣਾ ਦਾ ਸਾਈਜ਼ ਗਿਆ ਜਿਹੜਾ ਚੰਗਾ ਅਜੇ ਤਾਜ਼ੀ ਸੂਈ ਹੈ ਕਿੰਨਾ ਚਿਰ ਹੋਇਆ ਵਿੱਚ ਸੂਈ ਨੇ ਨਹੀਂ ਜੀ ਕੱਲ ਰਾਤ ਦੀ ਸੂਈ ਕੱਲ ਰਾਤ ਦੀ ਠੀਕ ਆ ਹਾਂਜੀ ਤੇ ਮਗਰ ਕੱਟੀ ਕੱਟੀ ਬੜੀ ਸ਼ਾਨਦਾਰ ਭਾਜੀ ਪਹਿਲੇ ਸੂਏ ਹਰਿਆਣੇ ਆਈ ਆ ਅੱਛਾ ਰੋਹਤਕੋਂ ਅੱਛਾ 14-15 ਕਿਲੋ ਦੁੱਧ ਦਿੰਦੀ ਹੁੰਦੀ ਆ ਠੀਕ ਆ ਹਾਂਜੀ ਐਰ ਕੀ ਚਲੋ ਇੱਕ ਤੇ ਤਾਜ਼ੀ ਵੀ ਸੋਈ ਆ ਤੇ ਇੱਕ ਥੋੜੀ ਜਿਹੀ ਸਾਂਭੀ ਵੀ ਕੱਟੀ ਆਪਾਂ ਕੀਤੀ ਅੱਛਾ ਬੋਲੇ 10 ਤੋਂ ਪਲੱਸ ਹੋ ਗਿਆ ਇਥੇ ਤੋਰੋ ਫਿਰ ਇਹਨਾਂ ਨੂੰ ਥਾਣ ਤੇ ਚਲੋ ਚੰਗਾ ਲੱਗਾ ਬਾਕੀ ਕੱਦ ਕਾਠ ਵੀ ਚੰਗਾ ਉੱਚਾ ਵਾ
ਤੇ ਇਹਦਾ ਫਿਰ ਮੁੱਲ 80,000 ਤੇ ਫਿਰ ਚੁੱਕ ਕਰ ਦਈਏ ਮਾਲ ਤਾਂ ਕਿੰਨੇ ਦੀ 70 ਦੀ ਭਾਈ ਛੋੜ ਹੀ ਕਰਨੀ ਜੇ 70 ਛੋੜੇ ਕੋਈ ਡੱਬੇ ਡੁੱਬੇ ਜੋ ਕੇ ਛੱਡ ਦਈਏ ਫਿਰ ਵੀ ਚਲੋ ਛੱਡ ਦਿੰਦੇ 500 ਰੁਪਏ ਛੱਡ ਠੀਕ ਆ ਸਾਡੇ 70 ਦੀ ਦੇ ਦਾਂਗੇ ਠੀਕ ਆ ਤੇ ਬਾਕੀ ਚਲੋ ਕੋਈ ਫੋਨ ਲਾਵੇ ਬਾਕੀ ਕੋਈ ਫੀਲ ਫੋਨ ਲਾਵੇ ਬਾਕੀ ਮੈਂ ਭਾਈ ਜਿਹੜਾ ਲੈ ਜੂਗਾ ਮਾਨਤਾ ਨਾ ਮੌਕੇ ਤੇ ਹੋ ਜਾਊਗਾ ਹਨਾ ਭਾਈ ਹਰਵੀਰ ਇਹ ਟੈਰੀ ਕਾਰਡ ਦਾ ਕੱਪੜਾ ਹੁੰਦਾ ਹੈ ਠੀਕ ਆ ਬਹੁਤ ਹੀ ਚੰਗੀ ਮੈਂ ਜੀ ਬਾਕੀ ਸੂਈਆਂ ਸਵਾਈਆਂ ਦੀ ਆਪਣੀ ਚਵਾਈ ਕਰਕੇ ਕਰੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ।